ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਥਰਸਡੇ ਆ ਚੁੱਕਿਆ ਜੀ ਔਰ ਥਰਸਡੇ ਨੂੰ ਕੋਸ਼ਿਸ਼ ਹੁੰਦੀ ਹੈ ਓਮਨੀ ਰਿਅਲਿਟੀ ਓਮਨੀ ਮੌਰਗੇਜਿਸ ਬੁਲੇਟਿਨ ਦੇ ਤਹਿਤ ਤੁਹਾਨੂੰ ਸਰਗਰਮੀਆਂ ਦੇ ਸਕੇ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਉਹ ਵੀ ਦੱਸ ਸਕੀਏ ਰੀਅਲ ਅਸਟੇਟ ਜਗਤ ਦੇ ਵਿੱਚ ਕੀ ਹੋ ਰਿਹਾ ਬਿਜ਼ਨਸ ਦੇ ਵਿੱਚ ਕੀ ਹੋ ਰਿਹਾ ਉਹ ਵੀ ਤੁਹਾਨੂੰ ਦੱਸ ਸਕੀਏ ਪਰ ਅੱਜ ਦਾ ਜਿਹੜਾ ਐਪੀਸੋਡ ਹੈ ਬਹੁਤ ਖਾਸ ਹੋਣ ਵਾਲਾ ਕਿਉਂਕਿ ਖਾਸ ਇਸ ਕਰਕੇ ਹੈ ਜਿੱਥੇ ਅਸੀਂ ਪੰਜਾਬ ਐਵੇਨਿਊ ਦੇ ਵਿੱਚ ਆਪਣਾ ਮਾਣ ਵਧਾਉਂਦੇ ਆ ਇੱਥੇ ਖੜ ਕੇ ਜਿੱਥੇ ਅਸੀਂ ਲਿਟਲ ਪੰਜਾਬ ਯਾਨੀ ਕਿ ਪੰਜਾਬੀਆਂ ਦਾ ਉਹ रिचमंड हिल क्वीन्स న్యూయార్క్ ਵਿਖੇ ਜਿੱਥੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੋਡ ਮੈਪ ਤਿਆਰ ਕਰ ਰਿਹਾ ਹੈ ਸਾਡੇ ਭਵਿੱਖ ਲਈ ਸਾਡੇ ਬਿਜ਼ਨੈਸਸ ਲਈ ਸਾਡੇ ਸਿਆਸੀ ਮਸਲਿਆਂ ਲਈ ਸਾਡੇ ਪੰਥਕ ਮਸਲਿਆਂ ਲਈ ਕਿਉਂਕਿ ਪੰਜਾਬੀਆਂ ਦਾ ਅਗਰ ਕੋਈ ਵੀ ਸਿਆਸੀ ਪੰਥਕ ਮਸਲਾ ਹੁੰਦਾ ਹੈ ਜਾਂ ਫਿਰ ਵਪਾਰਕ ਮਸਲਾ ਹੁੰਦਾ ਹੈ ਜਾਂ ਫਿਰ ਸਮਾਜਿਕ ਮਸਲਾ ਹੁੰਦਾ ਉਹ ਲਿਟਲ ਪੰਜਾਬ ਰਿਚਮੰਡ ਹਿਲ ਤੋਂ ਹੀ ਸ਼ੁਰੂ ਹੋ ਕੇ 올 ਆਵਰ ਵਰਲਡ ਦੇ ਵਿੱਚ ਜਾਂਦਾ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਜੋ ਬਾਈਡਨ ਉਹ ਆਪਣੀ ਗੱਲ ਰੱਖਦੇ ਨੇ ਵਾਈਟ ਹਾਊਸ ਦੇ ਵਿੱਚ ਔਰ ਸਿੱਖ ਜਿਹੜੇ ਨੇ ਉਹ ਆਪਣੀ ਗੱਲ ਰੱਖਦੇ ਨੇ ਰਿਚਮੰਡ ਹਿੱਲ ਦੇ ਵਿੱਚ ਤੇ ਰਿਚਮੰਡ ਹਿੱਲ ਤੋਂ ਹੀ ਆਵਾਜ਼ ਬੁਲੰਦ ਹੁੰਦੀ ਹੈ 올ਓਵਰ ਅਮਰੀਕਾ ਦੇ ਵਿੱਚ ਭਾਵੇਂ ਉਹ ਮਿਡ ਵੈਸਟ ਹੋਵੇ ਜਾਂ ਫਿਰ ਈਸਟ ਕੋਸਟ ਹੋਵੇ ਜਾਂ ਫਿਰ ਵੈਸਟ ਕੋਸਟ ਹੋਵੇ ਅੱਜ ਓਮਨੀ ਮਾਰਗੇਜਸ ਬੁਲੇਟਿਨ ਦੇ ਥਾਟ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ empowerment ਦੇ ਨਾਲ ਨਾਲ ਪੋਲਿਟੀਕਲ ਜਿਹੜਾ ਸਭ ਤੋਂ ਅਹਿਮ ਮਸਲਾ ਸਾਡੀ ਕਮਿਊਨਿਟੀ ਲਈ ਇਸ ਟਾਈਮ ਹੈਗਾ ਉਹ ਹੈ ਜਪਨੀਤ ਸਿੰਘ ਜੋ ਕਿ ਸਿਟੀ ਕੌਂਸਲ ਦੀ ਹੈ ਡਿਸਟ੍ਰਿਕਟ 28 ਤੋਂ ਚੋਣਾਂ ਲੜ ਰਿਹਾ ਜਿਹਦੇ ਵਿੱਚ ਸਾਊਥ ਰਿਚਮੰਡ ਹੇਲ ਸਾਊਥ ਜਮਾਇਕਾ ਰੌਜਲ ਵਿਲੇਜ ਔਰ ਸਾਊਥ ਹੈਜ਼ਨ ਪਾਰਕ ਆਉਂਦਾ ਹੈ ਸਿਟੀ ਕੌਂਸਲ ਦੇ ਵਿੱਚ ਪਹਿਲੀ ਵਾਰ ਹੋਏਗਾ ਰਿਪਰੈਜ਼ੈਂਟੇਸ਼ਨ ਹੋਏਗੀ 22 ਜੂਨ ਦੇ ਵਿੱਚ ਕੀ ਹੈ 26 ਸਾਲਾਂ ਦਾ ਨੌਜਵਾਨ ਜਾ ਕੇ ਆਪਣੀ ਪੱਗ ਨੂੰ ਔਰ ਆਪਣੇ ਸਿੰਘ ਨੂੰ ਔਰ ਆਪਣੀ ਕਮਿਊਨਿਟੀ ਨੂੰ ਆਪਣੇ ਰਿਲੀਜੀਅਨ ਨੂੰ ਰਿਪਰੈਜੈਂਟੇਸ਼ਨ ਦੇਗਾ ਜੋ ਕਿ ਬੈਲਟ ਦੇ ਉੱਤੇ ਆ ਚੁੱਕਿਆ ਹੈ ਹੁਣ ਰਿਪਰੈਜੈਂਟੇਸ਼ਨ ਜਿਹੜੇ ਬਿਜ਼ਨਸ ਐਂਟਰਪ੍ਰੀਨੋਰਸ ਨੇ ਉਹ ਵੀ ਇਹਦੇ ਨਾਲ ਮੋਡਾ ਨਾਲ ਮੋਡਾ ਲਾ ਕੇ ਖੜੇ ਨੇ ਮੋਡਾ ਨਾਲ ਮੋਡਾ ਲਾ ਕੇ ਮੈਨੂੰ ਬਿਲਕੁਲ ਤੁਸੀਂ ਤਸਵੀਰ ਵੇਖ ਰਹੇ ਹੋ ਇਸ ਟਾਈਮ ਹਰਮਨ ਸਿੰਘ ਜੀ ਦਾ ਲੈਫਟ ਮੋਡਾ ਜਪਨੀਤ ਸਿੰਘ ਦੇ ਰਾਈਟ ਮੋਡੇ ਨਾਲ ਇਸ ਟਾਈਮ ਲੱਗਿਆ ਹੋਇਆ ਹੈ ਕੈਨੇਡਾ ਭਾਵ ਹੈਗਾ ਕਿ ਓਮਨੀ ਮਾਰਗੇਜ ਓਮਨੀ ਰਿਐਲਿਟੀ ਦੀ ਟੀਮ ਇਸ ਟਾਈਮ ਮੋਡੇਨਲ ਮੋਡਲ ਆ ਕੇ ਜਪਨੀਤ ਨਿੰਗਨੇ ਨਾਲ ਖੜੀ ਆ ਜਿੱਥੇ ਹਰਮਨ ਸਿੰਘ ਰਿਚਮੰਡਲ ਆਫਿਸ ਦੇ ਵਿੱਚ ਨਾਲ ਖੜੇ ਨੇ ਉੱਥੇ ਹਿਕਸਵਿਲ ਤੋਂ ਆਏ ਐਂਡੀ ਸਿੰਘ ਵੀ ਲੌਂਗ ਆਇਲੈਂਡ ਤੋਂ ਸੁਨੇਹਾ ਲੈ ਕੇ ਇੱਥੇ ਪਹੁੰਚੇ ਨੇ ਉਹ ਵੀ ਜਪਨੀਤ ਸਿੰਘ ਨਾਲ ਮੋਡੇਨਲ ਮੋਡਲ ਆ ਕੇ ਖੜੇ ਹੋਏ ਨੇ ਤੇ ਉੱਥੇ ਹੀ ਯੂਥ 엠ਪਾਵਰਮੈਂਟ ਦੀ ਗੱਲ ਹੁੰਦੀ ਹੈ ਬਾਬਾ ਮੱਖਣਸ਼ਾਲੂਬਾਣਾ 6 ਸੈਂਟਰ 114 ਦੀ ਯੂਥ ਰੀਪ੍ਰੇਜ਼ੈਂਟੇਸ਼ਨ ਯੂਥ ਟੀਮ ਜਿਹੜੀ ਹੈ ਸਿਮਰਜੀਤ ਸਿੰਘ ਗਿਲਜੀਆ ਤੇ ਜਿਮੀ ਸਿੰਘ ਗਿਲਜੀਆ ਉਹ ਵੀ ਬਕਾਇਦਾ ਮੌਜੂਦ ਨੇ ਓਮਨੀ ਰਿਅਲਿਟੀ ਤੋਂ ਰਮਨਪ੍ਰੀਤ ਸਿੰਘ ਬਿੰਦਰਾ ਔਰ ਡਾਇਰੈਕਟਰ ਆਫ ਕਮਿਊਨਿਟੀ ਅਫੇਅਰਸ ਡਿਸਟ੍ਰਿਕਟ 38 ਤੋਂ ਰਾਜਵਿੰਦਰ ਕੌਰ ਉਹ ਬਕਾਇਦਾ ਮੌਜੂਦ ਨੇ ਔਰ ਸਾਡੇ ਜਿਹੜੇ ਦੰਦ ਇੰਨੇ ਸੋਹਣੇ ਟੀਵੀ ਦੇ ਉੱਤੇ ਲੱਗਦੇ ਨੇ ਉਹਦਾ ਸ਼ਰੇਹ ਜਾਂਦਾ ਸਾਡੇ ਡੈਂਟਿਸਟ ਸਾਡੇ ਡਾਕਟਰ ਅਫਤਾਰ ਸਿੰਘ ਟੀਨਾ ਜੋ ਕਿ 5 ਕੇ ਮੈਰਾਥਨ ਰੇਸ ਕਰਾਉਂਦੇ ਹਨ ਔਰ ਸਿੱਖ empowerment youth empowerment ਦੀ ਗੱਲ ਹੁੰਦੀ ਹੈ ਹਮੇਸ਼ਾ ਵਚਨਬੰਦ ਹੁੰਦੇ ਹਨ ਉਹਨਾਂ ਦੀ ਟੀਮ ਦੇ ਵਿੱਚ ਕੈਂਪੇਨ ਮੈਨੇਜਰ ਸ਼ਿਵਾਨੀ ਸ਼ੂਵੀ ਇੱਥੇ ਮੌਜੂਦ ਨੇ ਆਈ ਵਿਲ ਸਟਾਰਟ ਦਿਸ ਪ੍ਰੋਗਰਾਮ ਵਿਦ ਹਰ ਕਿਉਂਕਿ ਇਸ ਪ੍ਰੋਗਰਾਮ ਦੇ ਤਹਿਤ ਅੱਜ ਹਰਮਨ ਸਿੰਘ ਜੀ ਕੀ ਸਾਨੂੰ ਸਨੇਹਾ ਦੇਣਾ ਚਾਹੁੰਦੇ ਹਨ bizness ਦੀ ਉਹ ਗੱਲ ਕਰਦੇ ਹਨ mortgage ਦੀ ਗੱਲ ਕਰਦੇ ਹਨ reality ਦੀ ਗੱਲ ਕਰਦੇ ਹਨ ਲੇਕਿਨ ਅੱਜ ਉਹ ਗੱਲ ਕਰਨਗੇ youth empowerment ਦੀ ਐਂਡ ਵਾਈ ਵੀ ਨੀਡ ਸਿੱਖ ਰਿਪਰੈਜ਼ੈਂਟੇਸ਼ਨ ਇਨ ਪੋਲਿਟਿਕਸ ਹੇਅਰ ਇਨ ਰਿਚਮੰਡ ਹੇਲ ਮੇਰੀ ਸਾਰੇ ਜਸਪੰਜਾਬੀ ਦੇ ਵਿਊਰਸ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਅਸੀਂ ਆਪਣਾ ਪ੍ਰੋਗਰਾਮ ਹਰ Thursday ਕਰਦੇ ਹਾਂ ਆਪਣਾ mortgage ਬਾਰੇ real estate ਬਾਰੇ ਅੱਜ ਅਸੀਂ ਆਪਣਾ ਇੱਕ ਪ੍ਰੋਗਰਾਮ ਕਰ ਰਹੇ ਹਾਂ ਬਈ ਵਰਰੀ ਪ੍ਰਾਊਡ ਕਿ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡਾ youth ਸਾਡੀ ਆਪਣੀ ਕਮਿਊਨਿਟੀ ਦਾ ਜਪਨੀਤ ਸਿੰਘ ਇਲੈਕਸ਼ਨ ਲਾਰਡ ਰੈਸਿਡੀ ਕਾਉਂਸਲ ਦਾ ਸਾਡੇ ਡਿਸਟ੍ਰਿਕਟ ਤੋਂ ਤੇ ਸਾਡਾ ਫਰਜ਼ ਬਣਦਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਸਪੋਰਟ ਕਰੀਏ ਕਿ ਜੋ ਅਸੀਂ ਨਹੀਂ ਕਰ ਸਕੇ ਸਾਡੀ ਜਨਰੇਸ਼ਨ ਜਿਹੜੀ ਆਉਣ ਵਾਲੀ ਉਹ ਕਰੇ ਤੇ ਆਮ ਆਮ ਵੈਰੀ ਹੈਪੀ ਵੈਰੀ ਪ੍ਰਾਊਡ ਅਸੀਂ ਕੋਈ ਵੀ ਹਾਜਾ ਓਕੇਸ਼ਨ ਹੁੰਦਾ ਹੈ ਵੀ ਆਲਵੇਸ ਟ੍ਰਾਈ ਟੂ ਪਾਰਟਿਸਿਪੇਟ ਕਿ ਅਸੀਂ ਉਹਨਾਂ ਨੂੰ ਆਪਣੇ ਯੂਥ ਨੂੰ ਇਨਪਾਵਰਮੈਂਟ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਵੀ ਦੇ ਸ਼ੁੱਡ ਬੀ ਆਲਸੋ ਪ੍ਰਾਊਡ ਕਿ ਸਾਨੂੰ ਸਪੋਰਟ ਹੈਗੀ ਸਾਡੇ ਆਪਣੇ ਐਲਡਰਲੀ ਸੀ ਕਿਉਂਕਿ ਅਗਰ ਸਾਡੀ ਸਪੋਰਟ ਨਹੀਂ ਹੋਏਗੀ ਤੇ ਇਕੱਲਾ ਵਨ ਮੈਨ ਟੀਮ ਜਿਹੜੀ ਇਲੈਕਸ਼ਨ ਜਿਤਨਾ بڑا ਮੁਸ਼ਕਿਲ ਹੁੰਦਾ ਵੇ ਤੁਸੀਂ ਪਰਦੇਸ 'ਚ ਬੈਠੇ ਹੋ ਇਸ ਕੰਟਰੀ ਵਿੱਚ ਇੱਥੇ ਡਿਫਰੈਂਟ ਡਾਇਵਰਸ ਕਮਿਊਨਿਟੀ ਰਹਿੰਦੀਆਂ ਨੇ ਇਸ ਏਰੀਆ ਦੇ ਵਿੱਚ ਤੇ ਸਭ ਨੂੰ ਸ਼ੋ ਕਰਾਣੇ ਸੇ ਤੁਹਾਨੂੰ ਇੱਕ ਇੱਕ ਸਟਰੈਂਥ ਤੇ ਇੱਕ ਇੱਕ ਵੱਡਾ ਗਰੁੱਪ ਸ਼ੋ ਕਰਨਾ ਪੈਂਦਾ ਕਿ ਅਸੀਂ ਸਾਰੇ ਮਿਲ ਕੇ ਦੇ ਨਾਲ ਅਸੀਂ ਹੈਗੇ ਹਾਂ ਤੇ ਹੇਅਰ ਵੀ ਹੇਅਰ ਟੂਡੇ ਅਸੀਂ ਇਹ ਪ੍ਰੋਗਰਾਮ ਅਸੀਂ ਡੈਡੀਕੇਟ ਕਰਨਾ ਚਾਹੁੰਦੇ ਜਪਨੀਤ ਨੂੰ ਕਿ ਜਿਹੜੇ ਵੀ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਇਸ ਡਿਸਟ੍ਰਿਕਟ 'ਚ ਰਹਿੰਦੇ ਹੋ ਕਮ ਆਊਟ ਐਂਡ ਵੋਟ ਫਾਇਮ ਇਹ ਸਾਡੇ ਲਈ ਬੜਾ ਵੱਡਾ ਇੱਕ ਲੈਂ ਕਿ ਸਾਡੇ ਆਪਣੇ ਏਰੀਆ ਦੇ ਵਿੱਚ ਅਸੀਂ ਇੱਕ ਸਾਡਾ ਗੁਰ ਸਿੰਘ ਬੰਦਾ ਦਸਤਾਰ ਦੇ ਨਾਲ ਸਜਿਆ ਹੋਇਆ ਇੱਥੇ ਹੁਮਰੇ ਹੈ ਤੇ ਸਾਡਾ ਸਾਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇਸ ਨਥਿੰਗ ਮੋਰ ਦੈਟ ਵੀ ਕੈਨ ਸੇ ਵੀ ਹੈਪੀ ਅਬਾਊਟ ਇਟ ਐਂਡ ਦੈਟਸ ਵਾਟ ਵੀ ਹੈਰ ਟੂਡੇ ਬਿਲਕੁਲ ਹਰਮਨ ਸਿੰਘ ਜੀ ਜਿਹੜੇ ਨੇ ਉਹ ਸਿਰਫ ਮਾਡਰਨ ਮਾਡਲ ਆ ਕੇ ਹੀ ਨਹੀਂ ਖੜੇ ਬਕਾਇਦਾ ਅੱਜ ਫੰਡ ਰੇਜ਼ਿੰਗ ਵੀ ਜਿਹੜੀ ਹੈ ਉਹ ਜਪਨੀਤ ਸਿੰਘ ਦੀ ਕੀਤੀ ਹੈ ਤੁਹਾਡੇ ਤੋਂ ਵੋਟ ਨੋਟ ਔਰ ਤੁਹਾਡੇ ਤੋਂ ਸਪੋਰਟ ਤਿੰਨੋ ਚੀਜ਼ਾਂ ਮੰਗ ਰਿਹਾ ਹੈ ਉਹ ਇਹੀ ਕਹਿ ਰਿਹਾ ਕਿ ਜੇਕਰ ਇਹ ਨੌਜਵਾਨ ਜੇਕਰ ਮੈਂ ਜਿਤਕੇ ਜੋਨਾ ਸਿਟੀ ਕੌਂਸਲ ਦੇ ਵਿੱਚ ਸਿਟੀ ਹਾਲ ਦੇ ਵਿੱਚ ਜਦ ਪਹਿਲੀ ਦਸਤਾਰ ਸ਼ਾਈਨ ਮਾਰਦੀ ਹੋਈ ਦਸਤਾਰ ਜਦ ਦਿਖੇਗੀ ਤੁਹਾਨੂੰ ਉਥੇ ਦਿਸਦੀ ਹੈ ਤਾਂ ਸਿਰਫ ਰਿਪਰੈਜੈਂਟੇਸ਼ਨ ਨਹੀਂ ਬਲਕਿ ਟੇਬਲ ਦੇ ਉੱਤੇ ਪਬਲਿਕ ਸੇਫਟੀ ਜੇਕਰ ਅਸੀਂ ਗੱਲ ਕਰੀਏ ਡਰੱਗ ਅਬਿਊਜ਼ ਦੇ ਰਿਚਮੈਂਟ ਹਿੱਲ ਦੇ ਵਿੱਚ ਲਾਅ ਐਂਫੋਰਸਮੈਂਟ ਦੀ ਗੱਲ ਕਰੀਏ ਟੈਕਸ ਰਿਫਾਰਮਸ ਦੀ ਗੱਲ ਕਰੀਏ ਜਾਂ ਫਿਰ ਅਸੀਂ ਸਮਾਲ ਬਿਜ਼ਨੈਸਸ ਨੂੰ ਕਿਵੇਂ ਐਮਪਾਵਰ ਕਰਨਾ ਉਹਦੀ ਗੱਲ ਕਰੀਏ ਜਾਂ ਫਿਰ ਪਬਲਿਕ ਸੇਫਟੀ ਦੀ ਗੱਲ ਕਰੀਏ ਜਾਂ ਫਿਰ ਸੀਨੀਅਰ ਸਿਟੀਜ਼ਨਸ ਦੀ ਗੱਲ ਕਰੀਏ ਜਾਂ ਫਿਰ ਰਿਲੀਜੀਅਸ ਬਾਡੀਜ਼ ਨੂੰ ਕਿਵੇਂ ਐਮਪਾਵਰ ਕਰਨਾ ਉਹਦੀ ਗੱਲ ਕਰੀਏ ਸਿਟੀ ਨੂੰ اور ਬਕਾਇਦਾ ਰਿਚਮੈਂਡ ਹਿੱਲ ਨੂੰ ਕਿਵੇਂ ਹੋਰ ਵਧੀਆ ਬਣਾਉਣਾ ਕਮਿਊਨਿਟੀ ਸੈਂਟਰਸ ਕਿਵੇਂ ਲੈ ਕੇ ਆਉਣੇ ਆ ਫੰਡਸ ਕਿਵੇਂ ਅਵੇਲੇਬਲ ਕਰਾਉਣੇ ਆ ਟੇਬਲ ਤੇ ਬਹੁਤ ਕੁਝ ਕਮ ਹੈਗਾ ਕਰਨ ਵਾਲਾ ਜੋ ਕਿ ਜਪਨੀਤ ਕਰਦਾ ਹੈ ਤੇ ਹਰਮਨ ਸਿੰਘ ਜੀ ਕਹਿ ਰਹੇ ਨੇ ਹੋ ਸਕਦੀ ਹੈ ਐਂਡੀ ਸਿੰਘ ਜੀ ਐਜ਼ ਅ ਯੰਗ ਯੂ نو ਅਨਟਰਪ੍ਰੈਨਰ ਵਾਈ ਹੀ ਇਜ਼ ਇੰਟਰਸਟਿਡ ਫੋਰ ਜਪਨੀਤ ਸਿੰਘ ਹੀ ਸਪੈਸ਼ਲੀ ਡਰਾ ਫ্রম ਹਿਕਸਵਿਲ ਆਫਿਸ ਹੇਅਰ ਇਨ ਰਿਚਮੈਂਡ ਐਂਡ ਹਾਊ ਹੀ ਵਿਲ 엠ਪਾਵਰ ਜਪਨੀਤ ਸਿੰਘ ਸਸਕਲ ਜੀ ਸਾਰਿਆਂ ਨੂੰ ਆਈ ਰੀਲੀ ਅਪਰੀਸ਼ੀਏਟ ਕਿ ਤੁਸੀਂ ਜਪਨੀਤ ਨੂੰ ਇੱਥੇ ਲੈ ਕੇ ਆਏ ਯੂ نو ਵੀ ਆਰ ਵੈਰੀ ਫੋਲੋਇੰਗ ਹਿਮ ਵੈਰੀ ਮੱਚ ਪਿਛੋਂ ਬੜੀ ਢੇਰ ਤੋਂ ਐਂਡ ਇੱਕ ਤਰੀਕਾ ਹੁੰਦਾ ਹੈ ਕਿ ਐਵਰੀਬਾਡੀ ਕਮਸ ਟੂਗੇਦਰ ਐਂਡ ਵੀ ਰੀਲੀ ਵਾਂਟ ਧਟ ਟੂ ਹੈਪਨ ਹਿਅਰ ਐਸਪੈਸ਼ਲੀ ਬਿਹਾਈਂਡ ਜਪਨੀਤ ਜਪਨੀਤ ਹੈਜ਼ ਧਟ ਯੰਗ એનર્ਜੀ ਜਿਹੜੀ ਜਿਹੜੀ ਪੋਲਿਟਿਸ਼ੀਅਨ ਇੱਥੇ ਹੈਗੀ ਹੈ ਸਾਰਿਆਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇੱਕ ਤੇ ਹਾਂਜੀ ਹੀ ਇਜ਼ ਰਿਪਰੈਜ਼ੈਂਟਿੰਗ ਅਸ ਸੜੀ ਸਿਕ ਕਮਿਊਨਿਟੀ ਹੀਸ ਆਲਸੋ ਵੀ ਗੋਇੰ ਟੂ ਬੀ ਰੈਪਰੈਜ਼ੈਂਟਿੰਗ ਸਾਡਾ ਰਿਚਮਨ ਹਿੱਲ ਸਾਡਾ ਕੁਇਨਸ ਠੀਕ ਹੈ ਨਾ ਉਹਦੇ ਵਿੱਚ ਠੀਕ ਹੈ ਹੀਸ ਗੋਇੰ ਟੂ ਬੀ ਸ਼ੋਇੰਗ ਹਿਸ ਪਗੜੀ ਹੀਸ ਗੋਇੰ ਟੂ ਬੀ ਸ਼ੋਇੰਗ ਹੀਸ ਅ ਸਿੰਗ ਵੀ ਹੈਵ ਥੈਟ ਬਟ ਇੱਕ ਹੋਰ ਐਨਰਜੀ ਜਿਹੜੀ ਹੈਗੀ ਹੈ ਉਹ ਯੂਥ ਐਨਰਜੀ ਹੈਗੀ ਯੂਥ ਐਨਰਜੀ ਵੀ ਇਨ ਐਨਰਜੀ ਜਿਹੜੀ ਆਂਦੀ ਹੈ ਉਹ ਆਂਦੀ ਹੈ ਆਪਣੇ ਯੰਗ ਹਸਲਰਸ ਦੇ ਨਾਲ ਗੋ ਆਊਟ देयर ਐਂਡ ਸ਼ੋ ਕਿ ਤੁਸੀਂ ਕੀ ਕਰ ਸਕਦੇ ਹੋ ਜਿਹੜੇ ਪੁਰਾਣੇ ਪੋਲਿਟਿਸ਼ੀਅਨ ਬੈਠੇ ਹਾਂ ਜੀ ਇੱਕ ਚੀਜ਼ ਹੋ ਗਈ ਬੈ ਕੇ ਹਾਂ ਜੀ ਸਾਰਿਆਂ ਨੂੰ ਖੁਸ਼ ਕਰਤਾ ਨਹੀਂ ਇੱਕ ਚੀਜ਼ ਨਾਲ ਖਤਮ ਕਰਨ ਨਾਲ ਕੁਝ ਨਹੀਂ ਹੁੰਦਾ ਬੈਕ ਟੂ ਬੈਕ ਜਿਹੜੀਆਂ ਚੀਜ਼ਾਂ ਅਕੰਪਲਿਸ਼ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਕਰਾਉਣੀਆਂ ਪੈਂਦੀਆਂ ਸੋ ਦੈਟਸ ਵਾਈ ਵੀ ਆਰ ਇਨ ਦਾ ਯੰਗ ਸਪੋਰਟ ਜਿਹੜੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਐ ਐਂਡ ਦੈਟਸ ਵਾਈ ਵੀ ਆਰ ਹੇਅਰ ਸਪੋਰਟਿੰਗ ਹਿਮ ਆਫ ਕੌਰਸ ਯੂ ਕੈਨ ਮੇਕ ਅ ਕਲਾਪ ਆਫ ਕੌਰਸ ਵੀ ਹੈਵ ਜੈਪ 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 ਸੰ ਕਿਵੇਂ ਸਾਡਾ ਹੁਣ ਰਿਪਰੈਜ਼ੈਂਟੇਸ਼ਨ ਜ਼ਰੂਰੀ ਹੈਗੀ ਹੈ Uh, first and foremost why Gujika Kasa why Fateh, I'm so humbled uh, by the entire team of Omni uh, for gracing us with with uh, th everything that they've been doing uh, they've been uncle and Paji and everybody the team has been so supportive from day one and they said it listen we're with you uh, all the way through and they proved it today and time and time again uh, Omni has been a landmark of our entire community right here on Punjab Avenue on Red uh, leffers and 101 so they 've been here, and everybody knows of them, so that 's number one and Now we have a big banner right on Omni as so you can 't pass by 101 and, and uh, leffers without seeing uh, Omni as well as the campaign and that 's really big accomplishment as in itself. If you go anywhere in our district, not just Richmond Hill in South Ocean Park in South Jamaica in Rochester village, all you 'll see is the same posters all around. And that's the beauty of this campaign. I see Punjabi, I see Sikh, and part of being a Sikh, we represent everybody. We want justice for everybody, and that's what this campaign is about. I've had the honor of living here for 20 years. I've been, I And now it's time that all these marginalized communities come together and ask and demand better. And that's what we're fighting for. Of course, ਡਿਮਾਂਡ ਸਾਡੀ ਰਿਪਰੈਜੈਂਟੇਸ਼ਨ ਵਧੇਗੀ ਜਿੱਥੇ ਓਮਨੀ ਰਿਅਲਿਟੀ ਓਮਨੀ ਮੌਰਗੇਜ ਮੋਡੇ ਨਾਲ ਮੋਡਲ ਲਾ ਕੇ ਖਲੋਤੀ ਹੋਈ ਹੈ ਉੱਥੇ ਇੱਕ 빅 ਸ਼ਾਊਟ ਆਊਟ ਜਾਂਦਾ ਹੈ ਇੱਕ ਅਜੇ ਬ੍ਰਦਰਸ ਨੂੰ ਜੋ ਕਿ ਏ ਯੰਗ ਐਂਟਰਪ੍ਰੀਨਰ ਬ੍ਰਦਰਸ ਕਮਿਊਨਿਟੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਫਾਦਰ ਸਾਹਿਬ ਬਲਦੇਵ ਸਿੰਘ ਗਿਲਜੀਆ ਜੋ ਕਿ ਬਾਬਾ ਮੱਖਣ ਚਾਹ ਲੋਬਾਣਾ 6 ਬਾਬਾ ਮੱਖਣ ਚਾਹ ਲੋਬਾਣਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਹਨ ਉਹਨਾਂ ਦੇ ਦੋਨੋਂ ਨੌਜਵਾਨ ਦੋਨੋਂ ਬ੍ਰਦਰਸ ਸਿਮਰਜੀਤ ਸਿੰਘ ਗਿਲਜੀਆ ਤੇ ਜਿਮੀ ਗਿਲਜੀਆ ਇਨ ਟੂ 빅 ਸ਼ਾਊਟ ਆਊਟ ਜਾਂਦਾ ਐਨਾ ਦੋਮਾ ਭਰਾਵਾਂ ਨੇ ਜੋੜੀ ਨੇ ਕਿਹਾ ਕਿ ਜਦ ਸਾਡਾ ਮੁੰਡਾ ਰਿਪਰੈਜ਼ੈਂਟ ਕਰ ਰਿਹਾ ਤਾਂ ਜਪਨੀਤ ਸਿੰਘ ਪਾਸੇ ਦੇਖਣਾ ਚਾਹੀਦਾ ਆਈ ਹੈ ਸਿਮਰਜੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਹੀ ਜੱਸ ਪੰਜਾਬੀ ਈਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਆਦਰ ਕਰਦਾ ਹਾਂ ਸਾਡੇ ਵੱਡੇ ਵੀਰ ਸਰਦਾਰ ਹਰਮਨ ਸਿੰਘ ਮੇਰੇ ਵੱਡੇ ਵੀਰ ਸਰਦਾਰ ਚੰਦੀਪ ਸਿੰਘ ਔਰ ਰਮਨਪ੍ਰੀਤ ਸਿੰਘ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਆਪਣੇ ਪ੍ਰੋਗਰਾਮ ਤੇ ਆਣ ਕੇ ਸਾਡੇ ਵੀਰ ਜਪਨੀ ਸਿੰਘ ਜੋ ਡਿਸਟ੍ਰਿਕਟ 28 ਤੋਂ ਸਿਟੀ ਕਾਉਂਸਲ ਲਈ ਖੜੇ ਹਨ ਜਪਨੀ ਸਿੰਘ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਵਾਂਗਾ ਸਾਡੇ ਜੋ ਰੋਲ ਮਾਡਲ ਮੈਂ ਕਹਿ ਸਕਦਾ ਹਾਂ ਸਰਦਾਰ ਹਰਮਨ ਸਿੰਘ ਤੇ ਉਹਨਾਂ ਦੇ ਬ੍ਰਦਰ ਆਮਨੀ ਮੌਰਗੇਜ ਇਜ਼ ਵਨ ਟੀਮ ਥੈਟ ਵੀ ਕੈਨ 올 ਲੁੱਕ ਅਪ ਟੂ ਇਟਸ ਅ ਫੈਮਿਲੀ ਟੀਮ ਯੂ ਡੂ ਨੋਟ ਸੀ ਥਿਸ ਯੂਨਿਟੀ ਟੂ ਮੱਚ ਇਨ ਥਿਸ ਟਾਈਮ ਐਂਡ 에ਰਰ ਬਟ ਯੂ ਕੈਨ ਅੰਡਰਸਟੈਂਡ ਫਰਮ ਥੇਅਰ ਫੈਮਿਲੀ ਹਾਊ ਥੇ ਆਰ ਇੰਪਾਵਰਿੰਗ ਈਚ ਅਦਰ ਥਿਸ ਜਸਟ ਮੀਨਸ ਥੈਟ ਥੇ ਆਰ ਅ ਗੁੱਡ Good role models and a good team that the whole community can work with. There's not enough to be said about them. They're on the corner of Lefferts and uh, Punjab Avenue, and they are with Japneet Singh, full throttle from the beginning and they said to the end. Japneet Singh is running for city council. One of the things that I would like for my brother to voice out because we are here at a real estate channel, we're doing a program for Omni Mortgage, they are very aware. Of the real estate needs in this neighborhood. One thing that is very important, you look at Williamsburg. 20 years ago, Williamsburg was no different than our area. But because the elected officials from the Jewish community and all the communities nearby, they made sure that let's empower our community. How can we empower our community? Let's change the zonings. Where there was a 20 by 100 lot for sake, for instance, they had a two family apartment or a two family home, those zonings were changed. To R7 zoning and higher. So where only two families were living on one property, now they've had teamwork. They had elected officials work for them and they changed the zoning from R4 to R7. That means where only two families were living, now 10 to 12 to 14 families are able to live. When any Indian Punjabi person comes from Punjab, the first stop after GFK area is Richmond Hill, Mini Punjab. And this is the area for every Punjabi because two Gurdwara Sabs are in this area, Baba Shah Labana Sikh Center and Sikh Cultural Society. So this is a hometown for Punjabis. There is a need for more apartments, for more families to come into this area. And if my brother Japneed Singh is in city hall he can go to the Queensboro president he can keep a demand that we need zoning changes because zoning changes will not all, all only empower our community it'll bring more businesses it will make more will bring a higher population and we can gather as a group. So this is all teamwork that we need to do, to do together and I'm thankful for Harman Viji. And uh, Chandibirji, who I know for a very long time, very humble people, and they're great uh, businessmen and entrepreneurs in this area, and we're grateful that they're on our team. I am. I give a special thanks to Dr. Rajwinder Kaur Rose because she is one person that has not only empowered Japneet but I think the whole youth. Dr. Tina, he's a very dear friend of my Thaaji, uh, the Pritam Giljia. and this is a beautiful team. And if we all get together like this, there's nothing that's impossible. So I request everyone to please come out June 22nd and vote for my brother. ਜਪਨੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 22 ਜਿਹੜੀ ਹੈ ਉਹ ਇਤਿਹਾਸ ਤੁਸੀਂ ਰੱਦ ਸਕਦੇ ਹੋ ਔਰ ਹਰਮਨ ਸਿੰਘ ਹੋਰਾਂ ਨੇ ਇਹੇ ਦਰਖਾਸਤ ਕੀਤੀ ਕਿ ਬਿਜ਼ਨਸ ਨੂੰ ਅਗਰ ᱮਮਪਾਵਰ ਕਰਨਾ ਹੈ ਆਪਣੀ ਕਮਿਊਨਿਟੀ ਨੂੰ ᱮਮਪਾਵਰ ਕਰਨਾ ਹੈ ਤੇ ਆਪਣੀ ਰਿਪਰੈਜ਼ੈਂਟੇਸ਼ਨ ਲਿਆ ਲਿਆਣੀ ਪਏਗੀ ਮੈਂ ਡਾਕਟਰ ਅਫਤਾਰ ਸਿੰਘ ਟੀਨਾ ਹੋਰਾਂ ਤੋਂ ਜ਼ਰੂਰ ਜਾਨਣਾ ਵਿੱਚ ਆਵਾਂਗਾ ਔਰ ਮੈਂ ਦਰਸ਼ਕਾਂ ਨੂੰ ਦੱਸਣਾ ਵੀ ਚਾਹਾਂਗਾ ਪਹਿਲੇ ਦਿਨ ਤੋਂ ਜਦ ਤੋਂ ਜਪਨੀਤ ਦੀ ਕੈਂਪੇਨ ਸਟਾਰਟ ਹੋਈ ਹੈ ਡਾਕਟਰ ਅਫਤਾਰ ਸਿੰਘ ਟੀਨਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣਾ ਕਲੀਨਿਕ ਸੰਭਾਲਦੇ ਹਨ 5 ਵਜੇ ਤੋਂ ਇਨੂੰ ਕਿਹਾ ਜਾਂਦਾ ਇਸ ਉਮਰ ਦੇ ਵਿੱਚ ਵੀ ਉਹ ਜਜ਼ਬਾਤ ਇਨੂੰ ਕਿਹਾ ਜਾਂਦਾ ਕਿ ਇਹ ਜਨਰੇਸ਼ਨ ਹੈ ਜਿਹੜੀ ਚਾਹੁੰਦੀ ਹੈ ਕਿ ਵਾਕਈ ਯੰਗ ਜਿਹੜੀ ਨਵੀਂ ਪਨੀਰੀ ਹੈ ਸਾਹਮਣੇ ਆਏ ਇੱਕ ਹੁੰਦੀ ਹੈ ਗੱਲਾਂ ਕਰਨਾ ਇੱਕ ਹੁੰਦਾ ਜ਼ਮੀਨੀ ਪੱਧਰ ਤੇ ਕਰਕੇ ਵੀ ਖੋਣਾ ਡਾਕਟਰ ਅਫਤਾਰ ਸਿੰਘ ਤੀਨਾ ਜ਼ਮੀਨੀ ਪੱਧਰ ਤੇ ਕਰਕੇ ਵੀ ਖਾ ਰਹੇ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੇ ਪੰਜਾਬੀ ਜਸ ਪੰਜਾਬੀ ਦੇਵੀਰ ਨੂੰ ਮੇਰੇ ਵੱਲੋਂ ਇੱਕ ਖਾਸ ਰਿਕੁਐਸਟ ਅੱਜ ਅਸੀਂ ਖੜੇ ਆ ਸਰਦਾਰ ਹਰਮਨ ਸਿੰਘ ਦੇ ਓਮਨੀ ਮਾਰਗੇਜ ਆਫਿਸ ਦੇ ਵਿੱਚ ਇਹਨਾਂ ਨੇ ਸਪੈਸ਼ਲ ਇਵੈਂਟ ਰੱਖੀ ਹੈ ਜਪਨੀ ਸਿੰਘ ਨੂੰ ਸਪੋਰਟ ਕਰਨ ਵਾਸਤੇ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਸਪੋਰਟ ਕਰਦੇ ਪਏ ਨੇ ਇਸੇ ਤਰ੍ਹਾਂ ਹਰ ਹਰ ਬਿਜ਼ਨਸਮੈਨ ਉਹਨਾਂ ਦੀ ਸਪੋਰਟ ਕਰ ਰਿਹਾ ਤੇ ਜਿਸ ਤਰ੍ਹਾਂ ਗੱਲ ਚੱਲ ਰਹੀ ਸੀ ਕਿ ਸਿੱਖ ਚਿਹਰਾ ਸੇ ਅੱਗੇ ਲਿਆਉਣਾ ਚਾਹੁੰਦੇ ਆ ਮੈਂ ਕਾਫੀ ਕਰੀਬ 10 12 ਸਾਲ ਤੋਂ ਕੋਸ਼ਿਸ਼ ਕਰ ਰਹੇ ਆ ਕਿ ਕੋਈ ਨਾ ਕੋਈ ਖਾਸਰ ਜੰਗ ਜਨਰੇਸ਼ਨ ਅੱਗੇ ਆਵੇ ਤੇ ਮੈਂ ਸੁਰਨਜੀਤ ਸਿੰਘ ਦੇ ਟਾਈਮ ਤੇ ਵੀ ਮੁੜਕੇ ਪ੍ਰਹਾਰ ਸਾਹਿਬ ਦੇ ਟਾਈਮ ਤੇ ਵੀ ਮੈਂ ਜਿਹੜੇ ਜੰਗ ਬੱਚੇ ਸਕੇ ਖਾਸ ਕਰਕੇ ਜਦੋਂ ਵਿਸਾਖੀ ਫਾਈਕੇ ਦੌੜ ਹੁੰਦੀ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਪੋਲਿਟਿਕਸ 'ਚ ਆਓ ਕਿਉਂਕਿ ਪੋਲਿਟਿਕਸ ਇੱਕ ਇਹੋ ਜਿਹੀ ਚੀਜ਼ ਹੈ ਸਭ ਤੋਂ ਜਿਆਦਾ ਪਾਵਰਫੁਲ ਚੀਜ਼ ਜਿਹੜੀ ਤੁਹਾਡੇ ਖਾਤੇ 'ਚ ਪਾਵਰ ਹੈ ਉਹ ਪੋਲਿਟਿਕਸ ਹੀ ਤੁਹਾਨੂੰ ਕਰ ਸਕਦੀ ਹੈ ਉਸ ਤੋਂ ਬਿਨਾਂ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰੋ ਇਸ ਯੂਸਲੈਸ ਸੋ ਆਈ ਮੀਨ ਕਮਿਊਨਿਟੀ ਸਰਵਿਸ ਇਸ ਗੁੱਡ ਬਟ ਵਿਦ ਪੋਲਿਟਿਕਲ ਪਾਵਰ ਯੂ ਕੈਨ ਡੂ ਅ ਲੋਟ ਸੋ ਦੈਟਸ ਵਾਟ ਆਈ ਰਿਕਵੈਸਟ एवरीवन That uh, come out and support uh, Japneet. And uh, I also request, please, those who are in Baldo's area, please support Mr. Tour. So both of them, they are working hard. Tour Sab is in community for more than 30 years. Japneet is a young guy. He's, he's very energetic, well organized. I met him maybe two months back, but I learned a lot from him. He, he says that he's learning from me, but I think I'm learning from him. the the way he is approaching the voters is marvelous he he has a what you can say jithe kul janda apni chhaap chhad janda te loki jadon ek wari kise nu ohnu koi gall karde ne kehande we are going to vote for you so th that way i am i am very happy that he, we have a good uh, candidate so please come out and support him he will make us proud we are proud of him and he will make us proud ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਮਵਨ ਵਾਂਟਸ ਟੂ ਕਨੈਕਟ ਵਿਦ ਯੂ ਕੈਨ ਯੂ ਸ਼ੇਅਰ ਯੂਰ ਨੰਬਰ ਯਸ 3479716809 ਕੋਈ ਇਸ ਨੰਬਰ ਤੇ ਜਿਹੜਾ ਹੈਗਾ ਕਨੈਕਟ ਹੋ ਸਕਦੇ ਹੋ ਹੁਣ ਜਿਹੜੇ ਯੰਗ ਐਂਟਰਪ੍ਰਨਰਸ ਨੇ ਰੀਅਲ ਏਸਟੇਟ ਪ੍ਰੋਫੈਸ਼ਨਲ ਨੇ ਜਾਂ ਫਿਰ ਬਿਜ਼ਨਸਮੈਨ ਨੇ ਜਿਹਦੇ ਵਿੱਚ ਜਿਮੀ ਸਿੰਘ ਗਿਲਜੀਆ ਉਹ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਉਸ ਤੋਂ ਬਾਅਦ ਰਮਨਦੀਪ ਸਿੰਘ ਬਿੰਦਰਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ First and foremost, I would like to thank the entire Omni Mortgage team for having us here and giving us a chance to speak on behalf of the upcoming elections for Japneet Singh on, on this month on the 22nd. Um, it's very important for us to vote for Japneet Singh and have him win for City Council in District 28 because our community has not been acknowledged, and we need somebody in our. In our, we need somebody wearing a the start representing our people. So we, so we can spread the message that we are from the Sikh community. and a lot of hate crimes have been occurring in the past years on Sikhs. And the reason for that is because people ha are not educated, people do not know who we are, and they believe that we are a threat to them if japneet singh wins he there's a list of things that he can do for our community he can bring grants for our people he can bring food drives he can bring ambulance services and he can also have uh, our, uh, he, can, he can also have sikhism taught in the educational uh, sectors of all the schools it's important for us to have him win also because if he wins then it also will help us have the entire youth in not just new york city but in every single State to also take a, a step forward in politics. We, we just don't need a Sikh uh, representing District 28. We need a Sikh representing us in every single district, whether it's Queens, whether it's Long Island, or any other state. So I really um, appeal to everyone to please, if you are a United States citizen and you are residing in District 28 or you have a relative that resides in District 28, to please come out on June 22nd and vote for a Japanese Singh. ਥੈਂਕ ਯੂ ਬਿਲਕੁਲ ਹੁਣ ਸਾਡੇ ਨਾਲ ਮੌਜੂਦ ਨੇ ਰਮਨਪ੍ਰੀਤ ਸਿੰਘ ਬਿੰਦਰਾ ਜੋ ਖੁਦ ਆਪ ਰੈਜਿਮੈਂਟ ਹਿੱਲ ਦੇ ਵਿੱਚ ਰਹਿੰਦੇ ਨੇ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਵੀ ਰੈਜਿਮੈਂਟ ਹਿੱਲ ਤੋਂ ਸ਼ੁਰੂ ਕੀਤਾ ਓਮਨੀ ਰਿਐਲਿਟੀ ਦੇ ਨਾਲ ਰਮਨਪ੍ਰੀਤ ਕਿੰਨਾ ਜ਼ਰੂਰੀ ਹੈ ਜਪਨੀਤ ਸਿੰਘ ਨੂੰ ਲਿਆਉਣਾ ਜੀ ਪਹਿਲੇ ਤੇ ਜਸਪੀਰਸ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਆਪ ਸਿੱਖ ਕਮਿਊਨਿਟੀ ਤੋਂ ਹੋਣ ਕਰਕੇ ਸਾਡੀ ਕਮਿਊਨਿਟੀ ਜਾਣੀ ਹੀ ਇਸ ਕਰਕੇ ਜਾਂਦੀ ਏ ਜਿਸ ਨਾਮ 에 ਸੰਤ ਸਿਪਾਹੀ ਸੰਤ ਹੈਗੇ ਨੇ ਹੁਣ ਸਾਨੂੰ ਸਿਪਾਹੀ ਚਾਹੀਦਾ ਜੋ ਕਿ ਸਾਨੂੰ ਯੂ ਐਸ ਦੇ ਅੰਦਰ ਪੋਲਿਟੀਕਲ ਲਾਈਨ ਦੇ ਅੰਦਰ ਵੀ ਜਾ ਕੇ ਸਾਨੂੰ ਹਰ ਜਗ੍ਹਾ ਤੋਂ ਸਪੋਰਟ ਕਰ ਸਕੇ ਐਂਡ ਜਪਨੀਤ ਸਿੰਘ ਇਸ ਫੋਲੋਇੰਗ ਦੋਸ ਫੁੱਟਸਟੈਪਸ ਐਂਡ ਦੈਟ ਟੂ ਫਰਮ ਆਰ ਓਨ ਡਿਸਟ੍ਰਿਕਟ ਵਿਚ ਇਜ਼ ਡਿਸਟ੍ਰਿਕਟ ਨੰਬਰ 28 ਦ ਵਨ ਥਿੰਗ ਵਿਚ ਆਈ ਰੀਲੀ ਵਾਂਟ ਟੂ ਅਪੀਲ ਰਾਈਟ ਨਾਓ ਇਜ਼ ਦੈਟ ਹੂਸੋਐਵਰ ਇਜ਼ ਥੇਅਰ ਹੂ ਹੈਵ ਥੇਅਰ ਸਿਟੀਜ਼ਨਸ਼ਿਪਸ ਐਂਡ ਹੈਵਨਟ ਬੀਨ ਰਜਿਸਟਰਡ ਫਾਰ ਥੈਮ ਟੂ ਵੋਟ प्लीज गो आउट एंड रजिस्टर योरसेल्फ कोस द वोट इज राइट नेक्स्ट डोर इट्स ऑन जून 22 लेट्स जस्ट गो आउट एंड वोट फॉर आवर ओन कैंडिडेट जप्नीत सिंह एंड मेक श्योर दैट अ टर्बन पर्सन इज सिटिंग देयर इन अ सिटी काउंसिल एंड मेकिंग डिसीजंस नॉट फॉर ओनली आवर ओन कम्युनिटी बट फॉर एवरीवनस बेटरमेंट डाउन द लाइन इन फ्यूचर एज़ वेल थैंक यू सो मच ओनीरमन प्लीज सिंह बिन्दरा जो डीला क्लोज कर रहे ने 2 साल पहला आके लेकिन मिठाई दा डब्बा कभी नहीं आया इन दी तरफो डॉक्टर राजवेंद्र कौर ठीन सा जाते-जाते इनन तो भी ऐसी गल कर ਲੈਨੇ ਆ ਜਿਨ੍ਹਾਂ ਨੂੰ ਤਜਰਬਾ ਹੈਗਾ ਜੈਨਫਰ ਰਾਜਕੁਮਾਰ ਦੇ ਨਾਲ ਬਕਾਇਦਾ ਇਹਨਾਂ ਨੇ ਡੋਰ ਟੂ ਡੋਰ ਕੈਂਪੇਨ ਕਰਾਈ ਕਿਸ ਤਰੀਕੇ ਨਾਲ ਹੁਣ ਜਪਨੀਤ ਨੂੰ ਜਿਤਾਇਆ ਜਾ ਸਕਦਾ ਹੈਲੋ ਸਸਿਕਲ ਜੀ ਆ ਸਭ ਤੋਂ ਪਹਿਲਾਂ ਓਮਨੀ ਮੋਡਕੇਸ ਆਪ ਪਰਮਨ ਵੀਰਜੀ ਦਾ ਬਹੁਤ-ਬਹੁਤ ਧੰਨਵਾਦ ਆ ਇਹਨਾਂ ਨੇ ਅੱਜ ਫੰਡਰੇਜ ਜਿਹੜਾ ਜਪਨੀਤ ਦਾ ਇੱਥੇ ਕੀਤਾ ਹੈਗਾ ਬਹੁਤ ਵੱਡਾ ਦਿਲ ਹੈ ਇਹਨਾਂ ਦਾ ਇਹ ਜਿੰਨੇ ਜਿਹੜਾ ਵੀ ਕੈਂਡੀਡੇਟ ਖੜਦਾ ਉਹਨਾਂ ਸਭ ਨੂੰ ਇਹ ਫੰਡ ਵੀ ਦਿੰਦੇ ਨੇ ਸਭ ਨੂੰ ਸਪੋਰਟ ਵੀ ਕਰਦੇ ਨੇ ਔਰ ਪੈਨਾਡੇਮਿਕ ਚ ਵੀ ਇਹਨਾਂ ਨੇ ਬਹੁਤ ਕਮਿਊਨਿਟੀ ਦਾ ਕੰਮ ਕੀਤਾ ਸੋ ਇਹਨਾਂ ਦਾ ਬੜਾ ਧੰਨਵਾਦ ਆ ਉਸ ਤੋਂ ਬਾਅਦ ਮੈਂ ਹੀ ਰਿਕਵੈਸਟ ਕਰਾਂਗੀ ਕਿ ਜਪਨੀਤ ਸਿੰਘ ਨੂੰ ਜ਼ਰੂਰ ਲੈ ਕੇ ਆਓ ਕਿਉਂਕਿ ਇੱਕ ਜਪਨੀਤ ਸਿੰਘ ਦੀ ਜਿੱਤ ਜਿਹੜੀ ਸਾਰੀ ਕਮਿਊਨਿਟੀ ਦੀ ਜਿੱਤ ਹੈ ਸਾਰੀ ਸਿੱਖ ਕੌਮ ਦੀ ਜਿੱਤ ਆ ਇਸ ਤੋਂ ਬਾਅਦ ਸਾਡੇ ਬ ਜੂਸ ਤੇ ਬੱਚੇ ਸਾਡੀਆਂ ਭੈਣਾਂ ਸਾਡੇ ਭਰਾ ਪੋਲਿਟਿਕਸ ਵਿੱਚ ਆ ਸਕਦੇ ਨੇ ਸੋ ਪਲੀਜ਼ ਸਪੋਰਟ ਚ ਆਪਣੀ ਵੋਟ ਚ ਆਪਣੀ ਜਪਨੀਤ ਜੂਨ 22 ਅਰਲੀ VOTING ਜੂਨ 12 ਤੋਂ ਲੈ ਕੇ 20 ਤੱਕ ਨੇ ਅਰਲੀ VOTING ਤੇ ਵੀ ਜਰੂਰ ਜਾਓ ਤੇ ਸੋਸ਼ਲ ਮੀਡੀਆ ਤੇ ਜਪਨੀਤ ਦੀ ਪੋਸਟ ਜਿਹੜੀ ਆ ਪਲੀਜ਼ ਜਰੂਰ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਬਿਲਕੁਲ ਜਾਂਦੇ ਜਾਂਦੇ ਅਸੀਂ ਹਰਮਨ ਸਿੰਘ ਜੀ ਹੋਰਾਂ ਤੋਂ ਕਰ ਲੈਨੇ ਆ ਗੱਲ ਹਰਮਨ ਸਿੰਘ ਜੀ ਕੀ ਸੁਨੇਹਾ ਦੇਣਾ ਚਾਹੋਗੇ ਮੇਰਾ ਸੁਨੇਹਾ ਜੀ ਜਿਵੇਂ ਅਸੀਂ ਅੱਜ ਇੱਕ ਮਿਲ ਕੇ ਸਾਰੇ ਅਸੀਂ ਗੈਦਰ ਹੋਏ ਆ ਤੇ ਅਸੀਂ ਆਪਣੇ ਪ੍ਰੋਗਰਾਮ ਨੂੰ ਡੈਡੀਕੇਟ ਕਰ ਰਹੇ ਆ ਜਪਨੀਤ ਵਾਸਤੇ ਜਿਵੇਂ ਟ੍ਰੀਨਾ ਡਾਕਟਰ ਟ੍ਰੀਨਾ ਨੇ ਕਿਹਾ ਕਿ ਸਾਰੇ ਬਿਜ਼ਨਸਮੈਨ ਆਪਣਾ ਕਰਨ ਇਵੈਂਟ ਕਰ ਕਰ ਸਕਦੇ ਨੇ ਤੇ ਸਪੋਰਟ ਕਰਨ ਸਾਨੂੰ ਸਪੋਰਟ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇੱਕ ਕੰਟਰੀ 'ਚ ਖੜੇ ਆਂ ਜਿੱਥੇ ਅਸੀਂ ਜ਼ੀਰੋ ਤੋਂ ਸ਼ੁਰੂ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਆਂ ਹੁਣ ਫਰਦਰ ਸਾਨੂੰ ਬਿਜ਼ਨਸਮੈਨ ਦੇ ਅਸੀਂ ਬਣ ਗਏ ਅੱਛੇ ਬਿਜ਼ਨਸ ਚੱਲਦੇ ਨੇ ਅੱਛੇ ਕਾਰ ਲੈ ਲਏ ਅਸੀਂ ਹੁਣ ਸਾਨੂੰ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਗਵਰਨਮੈਂਟ ਦੇ ਵਿੱਚ ਔਰ ਗਵਰਨਮੈਂਟ ਦੇ ਵਿੱਚ ਆਪਣੀ ਜਿਹੜੀ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਸਾਡੀ ਸੇ ਤਾਂ ਹੀ ਹੋਏਗੀ ਜਦੋਂ ਤੁਹਾਡਾ ਕੋਈ ਬੰਦਾ ਖੜਾ ਹੋ ਕੇ ਤੁਹਾਡੇ ਵਾਸਤੇ ਬੋਲੇ ਆਪਣਾ ਮੇਕ ਸ਼ੂਰ ਕਰੀਏ ਕਿ ਜਪਨੀਤ ਨੂੰ ਜਰੂਰ ਇਲੈਕਸ਼ਨ ਜਿਤਾਈਏ ਇੱਕ ਤੇ ਜਿੱਤੇਗਾ ਪ੍ਰਾਊਡ ਮੋਮੈਂਟ ਹੋਏਗੀ ਸੈਕੰਡਲੀ ਆਉਣ ਵਾਲੇ ਜਿਹੜੇ ਹੋਰ ਜਿਹੜੇ ਯੂਥ ਨੇ ਉਹ ਵੀ ਇਨਕਰੇਜ ਹੋਣਗੇ ਕਿ ਸਾਡਾ ਇੱਕ ਕੈਂਡੀਡੇਟ ਖੜਾ ਹੋਇਆ ਸੀ ਉਹ ਜਿੱਤ ਗਿਆ ਤੇ ਹੁਣ ਅਸੀਂ ਵੀ ਫਾਲੋ ਕਰੀਏ ਇਹ ਸੋ ਵੈਰੀ ਵੈਰੀ ਇੰਪੋਰਟੈਂਟ ਕਿ ਸਾਰੇ ਮਿਲ ਕੇ ਅਸੀਂ ਅੱਜ ਇੱਕ ਪਲੱਜ ਕਰੀਏ ਕਿ ਅਸੀਂ ਪੁੱਜੋ ਵੀ ਜ਼ੋਰ ਲਗਾ ਸਕਦੇ ਆਪਣੇ ਵੱਲੋਂ ਜ਼ੋਰ ਲਗਾਈਏ ਆਪਣੇ ਘਰ ਦੇ ਪਰ ਪੋਸਟਰ ਲਗਾ ਸਕੀਏ ਆਪਣੇ ਆਫਿਸ ਦੇ ਬਾਹਰ ਲਗਾ ਸਕੀਏ ਕਿ ਅਵੇਅਰਨੈਸ ਲਾ ਕੇ ਆਈਏ ਇਸ ਏਰੀਆ ਦੇ ਵਿੱਚ ਕਿ ਭਈ ਇਹ ਸਾਡਾ ਕੈਂਡੀਡੇਟ ਅਸੀਂ ਨੂੰ ਅਸੀਂ ਜਿਤਾਣਾ ਤੇ ਇਸ ਨੂੰ ਸਿਟੀ ਹਾਲ ਲੈ ਕੇ ਜਾਣਾ ਬਿਲਕੁਲ ਸਿਟੀ ਹਾਲ ਲੈ ਕੇ ਜਾਣਾ ਇੱਕ ਆਵਾਜ਼ ਵੀ ਜਿਹੜੀ ਹੈ ਰਿਚ ਹਿਮਿੰਡ ਹਿੱਲ ਦੀ ਸੜਕਾਂ ਦੇ ਉੱਤੇ ਸੱਥਾਂ ਦੇ ਉੱਤੇ ਹਰ ਸਟਰੀਟ ਦੇ ਉੱਤੇ ਆ ਰਹੀ ਹੈ ਕਿ ਇਸ ਵਾਰ ਸਿੰਘਪੁਰਾ ਇਹ ਵਾਰ ਸਿੰਘਪੁਰਾ ਸਿੰਘ ਨੂੰ ਜਿਹੜਾ ਹੈਗਾ ਸਿਟੀ ਹਾਲ ਦੇ ਵਿੰਗ ਦੇ ਵਿੱਚ ਪਹੁੰਚਾਣਾ ਹੈ ਡੈਫੀਨੇਟਲੀ ਸਿੰਘ ਜਿਹੜਾ ਉਹ ਸਿਟੀ ਹਾਲ ਦੇ ਵਿੰਗ ਦੇ ਵਿੱਚ ਪਹੁੰਚੇ ਔਰ ਉੱਥੇ ਆਵਾਜ਼ ਆਏ ਕਿ ਆ ਗਿਆ ਸਾਡਾ ਜਪਨੀਤ ਸਿੰਘ ਮਿਲਾਂਗੇ ਨੈਕਸਟ ਥਰਸਡੇ ਲੈ ਕੇ ਆਵਾਂਗੇ ਹੋਰ ਵੀ ਸਰਗਰਮੀ ਆ ਅੱਜ ਓਮਨੀ ਮੌਰਗੇਜ ਬੁਲੇਟਿਨ ਡੈਡੀਕੇਟ ਕੀਤਾ ਗਿਆ ਬਕਾਇਦਾ ਓਮਨੀ ਰੀਅਲਟੀ ਦੀ ਟੀਮ ਦਾ ਪੂਰੀ ਟੀਮ ਦਾ ਜਿਹੜਾ ਹੈਗਾ ਬਕਾਇਦਾ ਉਹ ਇਹਨਾਂ ਨੂੰ ਡੈਡੀਕੇਟ ਕੀਤਾ ਗਿਆ ਔਰ ਓਮਨੀ ਰੀਅਲਟੀ ਨੇ ਬਕਾਇਦਾ ਜਿਹੜਾ ਚੈੱਕ ਵੀ ਹੈ ਉਹ ਵੀ ਜਪਨੀਤ ਸਿੰਘ ਨੂੰ ਇੱਥੇ ਦਿੱਤਾ ਹੈ ਬਕਾਇਦਾ ਸੋ ਦੇ ਆਰ ਗਿਵਿੰਗ ਦਿਸ 2000 ਡਾਲਰ ਚੈੱਕ ਟੂ ਜਪਨੀਤ ਸਿੰਘ ਬਾਈ ਓਮਨੀ ਰਿਐਲਿਟੀ ਐਂਡ ਓਮਨੀ ਮਾਰਗੇਜ ਜੋ ਕਿ ਸਿਟੀ ਕੌਂਸਲ ਡਿਸਟ੍ਰਿਕਟ 28 ਤੋਂ ਜਪਨੀਤ ਸਿੰਘ ਇੱਥੇ ਖੜੇ ਨੇ ਤੁਸੀਂ ਵੀ ਇਸ ਮੁੰਡੇ ਦੀ ਇਸ ਨਵੇਂ ਨੌਜਵਾਨ ਦੀ ਇਸ ਕੈਂਡੀਡੇਟ ਦੀ ਇਸੇ ਤਰੀਕੇ ਨਾਲ ਮਦਦ ਕਰ ਸਕਦੇ ਹੋ ਔਰ ਤੁਸੀਂ ਵੀ ਕਹਿ ਸਕਦੇ ਹੋ ਇਸ ਵਾਰ ਸਿੰਘ ਦੀ ਵਾਰੀ ਤੁਸੀਂ ਵੇਖ ਰਹੇ ਸੀ ਜਸ ਪੰਜਾਬੀ ਮੈਸੀ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਮਾਪਿਓ ਨੂੰ ਖੁਸ਼ ਰੱਖੋ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਆਪਣੀ ਵਾਈਫ ਨੂੰ ਜੁਰ ਖੁਸ਼ ਰੱਖੋ ਯਾਰ ਧੰਨਵਾਦ ਸਤਿ ਸ੍ਰੀ ਅਕਾਲ